ਜਿਹਨੂੰ ਕਿਸੇ ਪਾਸੇ ਲੈ ਜਾਈਏ ਵਧੀਆ ਜਗ੍ਹਾ ਚਲੇ ਜਾਏਗਾ ਹੈਂ ਛੱਡ ਆਈਏ ਚੰਗੀ ਜਗ੍ਹਾ ਤੇ ਹੈਂ ਇਹ ਤਸਵੀਰਾਂ ਸ਼ਾਇਦ ਤੁਹਾਡੇ ਮਨ ਨੂੰ ਵਿਚਲਿਤ ਕਰ ਦੇਣ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਨੱਕ ਮੂੰਹ ਢੱਕ ਕੇ ਪਾਸਾ ਵੱਟੇਗਾ ਪਰ ਲੁਧਿਆਣਾ ਦੇ ਪਿੰਡ ਹਸਨਪੁਰ ਦੇ ਗੁਰਪ੍ਰੀਤ ਸਿੰਘ ਅਜਿਹੇ ਲੋਕਾਂ ਦੀ ਸੇਵਾ ਕਰਨਾ ਆਪਣਾ ਧਰਮ ਸਮਝਦੇ ਹਨ ਜਗ੍ਹਾ ਤੇ ਇਲਾਕੇ ਚ 40-40 ਮੀਲ ਦੇ ਅੰਦਰ ਫਿਰ ਚਾਰ ਸਵੇਰੇ 40 ਮੀਲ ਦੇ ਅੰਦਰ ਇਹੀ ਜੇ ਸੇਵਾ ਕਿਤੇ ਹੋਈ ਨਹੀਂ 40 ਸਾਲਾਂ ਤੋਂ 40 ਮੀਲਾਂ ਤੋਂ ਹੈ ਜੀ ਨਾ ਅੱਜ ਸਾਈ ਸੇਵਾ ਹੋਈ ਆ ਨਾ ਹੋ ਰਹੀ ਆ ਬੋਲੀ ਭਾਈ ਜੀ ਸੋਨਿਹਾਲ ਇਹ ਜਿਹੜੀ ਭਾਈ ਜੀ ਹੋਣੀ ਸੇਵਾ ਇੱਥੇ ਚਲਾ ਰਹੇ ਆ ਦਿਮਾਗੀ ਤੌਰ ਤੇ ਬਿਮਾਰ ਬੰਦਿਆਂ ਨੂੰ ਘਰਾਂ ਚੋਂ ਛੁਡਾ ਕੇ ਸੜਕਾਂ ਤੇ ਰੁਲਦੇ ਕੀੜੇ ਪਏ ਬਿਮਾਰ ਇਨਸਾਨਾਂ ਨੂੰ ਲੱਭ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਾਉਣਾ ਹੀ ਗੁਰਪ੍ਰੀਤ ਸਿੰਘ ਦੀ ਜ਼ਿੰਦਗੀ ਦਾ ਮਕਸਦ ਬਣ ਚੁੱਕਾ ਹੈ ਮੈਂ ਵੀਰ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸੀਗਾ ਉੱਥੇ ਮੈਂ ਹਾਲ ਦੇ ਪਿੱਛੇ ਜ਼ਖਮ ਹੋ ਗਿਆ ਜ਼ਖਮ ਤੋਂ ਕੀੜੇ ਵੱਧਦੇ ਗਏ ਅਤੇ ਕੀ ਇਸ ਕਾਰਨ ਮੇਰਾ ਕੋਈ ਉੱਥੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਉਹਨਾਂ ਨੇ ਵੀ ਮੈਨੂੰ ਬਾਹਰ ਕੱਢ ਕੇ ਸੁੱਟ ਕੱਟਿਆ ਦਰਬਾਰ ਸਾਹਿਬ ਵਾਲਿਆਂ ਨੇ ਅਤੇ ਬਹੁਤ ਉੱਥੇ ਉਹਨਾਂ ਨੇ ਉੱਥੇ ਦੇ ਦੋ ਵੀਰ ਸੀਗੇ ਉਹਨਾਂ ਨੇ ਇਹਨਾਂ ਨੂੰ ਭਾਈ ਉਹਨਾਂ ਨੂੰ ਵੀ ਟੈਲੀਫੋਨ ਕੀਤਾ ਅਤੇ ਇਹਨਾਂ ਨੇ ਆਖਿਆ ਵੀ ਚਲੋ ਜੇ ਕੋਈ ਤੁਹਾਡੇ ਤੁਸੀਂ ਛੱਡ ਜਾ ਸਕਦੇ ਹੋ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਜਾ ਕੇ ਲੈ ਜਾਂਦੇ ਹਾਂ ਅਤੇ ਉੱਥੇ ਕੋਈ ਮੇਰਾ ਕਰਦੇ ਨੇ ਕੋਈ ਬਾਤ ਨਹੀਂ ਪੁੱਛੀ ਸਭ ਪਤਾ ਸੀ ਕਰਦੇ ਹਾਂ ਉਹਨੂੰ ਅਤੇ ਇਸ ਕਾਰਨ ਮੈਨੂੰ ਇਹ ਭਾਈ ਹੋਣਾਂ ਨੇ ਉੱਥੇ ਵੀ ਜਿਹੜੇ ਉਹਨਾਂ ਨੇ ਛੱਡ ਕੇ ਗਏ ਅਤੇ ਇਹਨਾਂ ਨੇ ਭਾਈ ਹੋਣਾਂ ਨੇ ਮੇਰਾ ਇਲਾਜ ਕਰਵਾਇਆ ਅਤੇ 2 ਮਹੀਨੇ ਮੈਂ ਹੋਸਪਿਟਲ ਦੇ ਵਿੱਚ ਰਿਹਾ ਅਤੇ ਉੱਥੋਂ ਮੁੜ ਕੇ ਜਦੋਂ ਮੈਂ ਠੀਕ ਹੋਇਆ ਫਿਰ ਇਹਨਾਂ ਨੇ ਭਾਈ ਹੋਣਾਂ ਨੇ ਇੱਥੇ ਲੈ ਆਉਂਦਾ ਅਤੇ ਇੱਥੇ ਬਹੁਤ ਵਧੀਆ ਉਦੋਂ ਥੋੜ੍ਹੇ ਜਿਹੇ ਆਦਮੀ ਸੀ ਅਤੇ ਹੁਣ ਤਾਂ ਮਹਾਰਾਜ ਦੀ ਕਿਰਪਾ ਹੋਈ ਆ ਇਸੇ ਮਤਲਬ ਹੁਣ 150 ਦੇ ਕਰੀਬ ਬੰਦਾ ਵਾ ਅਤੇ ਹਰ ਇੱਕ ਦੀ ਕਿਸੇ ਤਰ੍ਹਾਂ ਦਾ ਵੀ ਆਉਂਦਾ ਵਾ ਉਹਦੀ ਪੂਰੀ ਦੀ ਪੂਰੀ ਸੇਵਾ ਕੀਤੀ ਜਾਂਦੀ ਆ ਅਤੇ ਬਾਕੀ ਜੋ ਪਰਮੇਸ਼ਰ ਨੂੰ ਮਨਜ਼ੂਰ ਆ ਗੁਰਪ੍ਰੀਤ ਸਿੰਘ ਪਿਛਲੇ 2 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਸੁਸਾਇਟੀ ਨਾਮਕ ਸੰਸਥਾ ਚਲਾ ਰਹੇ ਹਨ ਇਸ ਦੌਰਾਨ ਉਹਨਾਂ ਦੀ ਸੰਸਥਾ 1000 ਤੋਂ ਵੱਧ ਲੋਕਾਂ ਦਾ ਇਲਾਜ ਕਰਾ ਚੁੱਕੀ ਹੈ ਇਸ ਦੇ ਨਾਲ ਹੀ ਮਰੀਜ਼ਾਂ ਦੀਆਂ ਹੋਰਨਾਂ ਭੋਜਨ ਕੱਪੜੇ ਤੇ ਰਿਹਾਇਸ਼ ਜਿਹੀਆਂ ਲੋੜਾਂ ਵੀ ਸੰਸਥਾ ਵੱਲੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਇਹਨਾਂ ਮਰੀਜ਼ਾਂ ਵਿੱਚ ਜ਼ਿਆਦਾਤਰ ਮਾਨਸਿਕ ਤੌਰ ਤੇ ਪਰੇਸ਼ਾਨ ਮਰੀਜ਼ ਗਰੀਬ ਜਾਂ ਘਰਾਂ ਵਿੱਚ ਕੈਦ ਕਰਕੇ ਰੱਖੇ ਲੋਕ ਬੰਧੂਆ ਮਜ਼ਦੂਰ ਸੜਕਾਂ ਤੇ ਰੁਲਦੇ ਲਾਵਾਰਸ ਕੀੜੇ ਪਏ ਹੋਏ ਮਰੀਜ਼ ਸ਼ਾਮਲ ਹਨ ਛੋਟੀ ਇਆਲੀ ਦੇ ਪਿੰਡ ਬਾਰਨਹਾਰਾ ਦੇ ਵਿੱਚ ਬਣੇ ਸੰਸਥਾ ਦੇ ਆਸ਼ਰਮ ਵਿੱਚ ਫਿਲਹਾਲ 100 ਤੋਂ ਜ਼ਿਆਦਾ ਲੋਕ ਇੱਕ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਹਨ ਅਸੀਂ ਇਹ ਸੰਸਥਾ ਨੂੰ ਪਿਛਲੇ 2.25 ਸਾਲਾਂ ਤੋਂ ਰਨ ਕਰਦੇ ਆ ਰਹੇ ਹਾਂ ਜੀ ਅਤੇ ਇਹ ਸਾਨੂੰ ਸੇਵਾ ਇੱਕ ਢਾਬਾ ਸੀ ਸਾਡਾ ਦਿੱਲੀ ਰੋਡ 'ਤੇ ਕਿਰਾਏ 'ਤੇ ਲਿਆ ਹੋਇਆ ਉੱਥੇ ਇੱਕ ਇਨਸਾਨ ਮਿਲਿਆ ਬਹੁਤ ਮਾੜੀ ਹਾਲਤ ਦੇ ਵਿੱਚ ਜਿਹਦੇ ਹਾਲਾਤ ਇੰਨੇ ਜ਼ਿਆਦਾ ਸੀਗੇ ਖਰਾਬ ਵੀ ਉੱਥੇ ਜਾ ਕੇ ਇਨਸਾਨੀਅਤ ਨੂੰ ਸ਼ਰਮ ਆਉਣ ਲੱਗ ਜਾਵੇ ਗਰਮੀਆਂ ਦੇ ਵਿੱਚ ਉਸ ਵੀਰ ਦੀ ਅਸੀਂ ਸੇਵਾ ਕੀਤੀ ਉਹਨੂੰ ਇਸ਼ਨਾਨ ਕਰਵਾਇਆ ਨਵਾ ਕੇ ਉਹਦੀਆਂ ਫੋਟੋਆਂ 4 ਖਿੱਚ ਕੇ ਫੇਸਬੁੱਕ 'ਤੇ ਪਾਤੀਆਂ ਮੈਂ ਅਤੇ ਉੱਥੋਂ ਉਹਦਾ ਪਰਿਵਾਰ ਲੱਭ ਗਿਆ ਅਤੇ ਉਹਦਾ ਪਰਿਵਾਰ ਮਿਲ ਗਿਆ ਪਰ ਉਹ ਲੈ ਕੇ ਨਾ ਗਿਆ ਅਤੇ ਉਹ ਸਾਡੇ ਕੋਲ ਰਹਿਣ ਲੱਗ ਗਿਆ ਵੀਰ ਉਹਦੀਆਂ 2 ਪੋਸਟਾਂ ਜਿਹੜੀਆਂ ਪਾਈਆਂ ਸੀਗੀਆਂ ਅਤੇ ਉਹਦੇ ਵਿੱਚ ਹੀ ਹੋਰ ਵੀਰਾਂ ਨੇ ਅਤੇ ਭੈਣਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਨੂੰ ਉੱਥੇ ਸਾਨੂੰ ਪਤਾ ਲੱਗਿਆ ਕਿ ਚੌਂਕੀ ਮਾਨ ਪਿੰਡ ਦੇ ਵਿੱਚ ਬਜ਼ੁਰਗ ਆ ਕੇਸਰ ਸਿੰਘ ਨਾਮ ਉਹਨੇ ਰੱਤ ਦੇ ਵਿੱਚ ਕੀੜੇ ਪਏ ਹੋਏ ਆ ਵੀ ਉਹਦੀ ਮਦਦ ਲਈ ਅਸੀਂ ਉੱਥੇ ਪਹੁੰਚ ਗਏ ਤਾਂ ਜਦੋਂ ਉੱਥੇ ਜਾ ਕੇ ਉਹਨਾਂ ਦੇ ਹਾਲਾਤ ਦੇਖੇ ਤਾਂ ਅਸੀਂ ਪਿੰਡ ਦੇ ਵੀਰਾਂ ਨੂੰ ਕਈਆਂ ਨੂੰ ਅਪਰੋਚ ਕੀਤੀ ਵੀ ਇਹਦੀ ਪੈਸੇ ਦੇਣ ਗਏ ਸੀ ਅਸੀਂ ਕੁਛ 5-10 ਹਜ਼ਾਰ ਰੁਪਇਆ ਸਾਤੋਂ ਕਿਸੇ ਨੇ ਪੈਸੇ ਨਹੀਂ ਫੜੇ ਅਸੀਂ ਬਾਪੂ ਜੀ ਨੂੰ ਨਾਲ ਲੈ ਆਏ ਠੀਕ ਹੋ ਚੁੱਕੇ ਮਰੀਜ਼ ਖਾਣਾ ਬਣਾਉਣਾ ਸਫਾਈ ਕਰਨਾ ਸਿਲਾਈ ਕਰਨਾ ਅਤੇ ਦੂਜੇ ਸਾਥੀਆਂ ਦੀ ਦੇਖਭਾਲ ਜਿਹੇ ਕੰਮ ਕਰਕੇ ਸੇਵਾ ਵਿੱਚ ਆਪਣਾ ਸਹਿਯੋਗ ਦੇ ਰਹੇ ਹਨ ਦੱਸ ਦਈਏ ਕਿ ਆਸ਼ਰਮ ਵਿੱਚ ਇਲਾਜ ਲਈ ਆਈਆਂ ਔਰਤਾਂ ਦੇ ਬੱਚਿਆਂ ਨੂੰ ਵੀ ਆਸ਼ਰਮ ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚ ਵੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਇਸ ਮਾਨਵਤਾ ਦੇ ਸੇਵਾ ਕਰਨ ਦੇ ਰਾਹ ਤੇ ਉਹ ਇਕੱਲੇ ਚੱਲੇ ਸਨ ਅਤੇ ਅੱਗੇ ਲੋਕ ਜੁੜਦੇ ਗਏ ਤੇ ਹੁਣ ਸੰਸਥਾ ਦੇ 118 ਮੈਂਬਰ ਹਨ ਜਿਨ੍ਹਾਂ ਵਿੱਚ ਕੁਝ NRI ਵੀ ਸ਼ਾਮਲ ਹਨ ਸੰਸਥਾ ਦਾ ਸਾਰਾ ਖਰਚ ਇਹਨਾਂ ਮੈਂਬਰਾਂ ਵੱਲੋਂ ਹੀ ਚੁੱਕਿਆ ਜਾਂਦਾ ਹੈ ਬਿਲਕੁਲ ਜੀ ਇਹ ਜਿਹੜੀ NGO ਵਾਹਿਗੁਰੂ ਦੀ ਕਿਰਪਾ ਨਾਲ ਵੈਸੇ ਤਾਂ ਸਟਾਰਟ ਹੋਈ ਆ ਅਤੇ ਸਾਡਾ ਇਹਦੇ 'ਚ ਕੋਈ ਖਾਸ ਯੋਗਦਾਨ ਨਹੀਂ ਹੈਗਾ
ਤੇ ਪਰ ਜਿਹੜੀ ਇਹਦੀ ਫੰਡਿੰਗ ਆ ਜਾਂ ਇਹਦਾ ਟ੍ਰੀਟਮੈਂਟ ਦੇ ਉੱਪਰ ਜਿਹੜੇ ਖਰਚੇ ਆਉਂਦੇ ਆ, ਅਸੀਂ ਇਹਦੇ ਵਿੱਚ ਇਸ ਟਾਈਮ 140 ਦੇ ਕਰੀਬ ਮੈਂਬਰ ਆ ਅਤੇ ਉਹ ਸਾਰੇ ਅਸੀਂ ਕੰਟਰੀਬਿਊਟ ਕਰਦੇ ਹਾਂ ਆਪਸ ਵਿੱਚ, ਅਤੇ ਕੰਟਰੀਬਿਊਟ ਕਰਕੇ ਟ੍ਰੀਟਮੈਂਟ ਕਰਾਉਂਦੇ ਹਾਂ। ਕੋਈ ਵੀ ਰਾਸ਼ਨ ਦੇ ਜਾਂਦਾ, ਕੋਈ ਕੱਪੜੇ ਦੇ ਜਾਂਦਾ, ਕੋਈ ਮੈਡੀਸਨ ਦੇ ਜਾਂਦਾ, ਹਰ ਚੀਜ਼ ਜਿਹੜੀ ਵੀ ਇੱਥੇ ਸਾਨੂੰ ਲੋੜ ਆ ਅਤੇ ਉਹ ਸਭ ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਹੋਈ ਜਾਂਦੀ। ਗੁਰਪ੍ਰੀਤ ਸਿੰਘ ਦਾ ਆਪਣਾ ਪ੍ਰਾਪਰਟੀ ਦਾ ਕੰਮ ਸੀ, ਜਿਸ ਨੂੰ ਛੱਡ ਕੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਕਰਤੱਵ ਬਣਾ ਲਿਆ ਹੈ। ਉਹਨਾਂ ਵੱਲੋਂ 1.5 ਕਿੱਲਾ ਜ਼ਮੀਨ ਪਿੰਡ ਹਸਨਪੁਰ ਵਿੱਚ ਦਾਨ ਕੀਤੀ ਗਈ ਹੈ, ਜਿੱਥੇ ਇੱਕ ਵੱਡਾ ਆਸ਼ਰਮ ਬਣਾਇਆ ਜਾਵੇਗਾ। ਤੇ ਉਹਦੀ ਲੱਤ 'ਚ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਕੀੜੇ ਪਏ ਦੇਖੇ ਕਿਸੇ ਇਨਸਾਨ ਦੇ, ਤਾਂ ਬੜਾ ਮਨ ਨੂੰ ਦੁੱਖ ਲੱਗਿਆ। ਤਾਂ ਉਸ ਤੋਂ ਬਾਅਦ ਸਾਡੇ ਕੋਲ ਹੁਣ ਤੱਕ 350 ਦੇ ਕਰੀਬ ਇਨਸਾਨ ਆ ਚੁੱਕੇ ਆ, ਜਿਹੜੇ ਕਿ ਅਸੀਂ ਪਹਿਲਾਂ ਢਾਬੇ 'ਤੇ ਲਿਆ ਕੇ ਰੱਖੀ ਜਾਂਦੇ ਸੀਗੇ, ਅਤੇ ਢਾਬੇ 'ਤੇ ਫਿਰ ਸਾਡੇ ਕੋਲ ਜਗ੍ਹਾ ਘੱਟ ਸੀ, ਅਤੇ ਢਾਬੇ ਦਾ ਜਿਹੜਾ ਮਾਲਕ ਸੀ ਉਹ ਵੀ ਥੋੜ੍ਹਾ, ਕਿਉਂਕਿ ਰੈਂਟ 'ਤੇ ਲਿਆ ਹੋਇਆ ਢਾਬਾ, ਅਤੇ ਉਹਨੇ ਵੀ ਇਤਰਾਜ਼ ਕੀਤਾ। ਫਿਰ ਅਸੀਂ ਉਸ ਤੋਂ ਬਾਅਦ ਇੱਥੇ ਆਪਣੇ ਖੇਤ ਦੇ ਵਿੱਚ ਲਿਆ ਕੇ ਜਗ੍ਹਾ ਬਣਾ ਲਈ। ਸਾਡੇ ਕੋਲ ਜੀ ਇਸ ਟਾਈਮ 100 ਦੇ ਆਸ ਪਾਸ ਹੈਗੇ ਆ ਜੀ ਪਰਸਨ, ਜਿਹੜੇ ਮੈਨ ਆ, ਅਤੇ 12 ਸਾਡੇ ਕੋਲ ਲੇਡੀਜ਼ ਨੇ, ਅਤੇ ਜਿਹੜੇ ਘਰਾਂ 'ਚ ਜਾ ਚੁੱਕੇ ਨੇ ਠੀਕ ਹੋ ਕੇ, ਉਹ 150 ਦੇ ਕਰੀਬ ਪਰਸਨ ਆ ਜਿਹੜੇ ਠੀਕ ਹੋ ਕੇ ਘਰਾਂ 'ਚ ਜਾ ਚੁੱਕੇ ਆ। ਸਾਡੇ ਕੋਲ ਜੀ ਕੋਈ ਬਿਮਾਰੀ, ਕੋਈ ਪਾਰਟੀਕੁਲਰ ਇੱਕ ਕੋਈ ਬਿਮਾਰੀ ਨਹੀਂ, ਸੜਕਾਂ ਦੇ ਉੱਪਰ ਜਿਹੜੇ ਵਿਚਾਰੇ ਲਵਾਰਸ ਇਨਸਾਨ ਪਏ ਆ, ਉਹਨਾਂ ਨੂੰ ਬਿਮਾਰੀ ਜ਼ਿਆਦਾਤਰ ਇਹੀ ਲੱਗਦੀ ਆ ਵੀ ਉਹਨਾਂ ਦਾ ਕੋਈ ਕੇਅਰ ਨਹੀਂ ਕਰਦਾ, ਉਹਨਾਂ ਨੂੰ ਜਿਹੜੀ ਕਿਸੇ ਦੀ ਹੈਲਪ ਤੋਂ ਬਿਨਾਂ ਜਦੋਂ ਛੋਟੀ ਜਿਹੀ ਦਖਤ ਉਹਨਾਂ ਦੇ ਸੱਟ ਲੱਗ ਜਾਂਦੀ ਤਾਂ ਕੀੜੇ ਹੀ ਪੈ ਜਾਂਦੇ ਵਿੱਚ, ਜ਼ਖਮ ਬਹੁਤ ਵੱਡੇ ਹੋ ਜਾਂਦੇ ਨੇ। ਛੋਟੀਆਂ ਛੋਟੀਆਂ ਜ਼ਖਮਾਂ ਨੂੰ ਉਹ ਲੈ ਕੇ ਸਾਰੀ ਪਤਾ ਨਹੀਂ ਕਿੰਨੀ ਕਿੰਨੀ ਜ਼ਿੰਦਗੀ ਤੋਂ ਕੀੜਿਆਂ ਭਰੀ ਜ਼ਿੰਦਗੀ, ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਸੜਕਾਂ 'ਤੇ ਪਏ ਹੁੰਦੇ ਆ। ਅਸੀਂ ਜ਼ਿਆਦਾਤਰ ਤਾਂ ਕੀੜਿਆਂ ਵਾਲੇ ਪੇਸ਼ੈਂਟ ਜਿਹੜੇ ਜ਼ਿਆਦਾ ਕ੍ਰਿਟੀਕਲ ਹੁੰਦੇ ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਜਾਂ ਜਿਹੜੇ ਮੈਂਟਲੀ ਡਿਸੇਬਲ ਪੇਸ਼ੈਂਟ ਆ ਜ਼ਿਆਦਾਤਰ, ਜਿਹੜੇ ਡਿਪਰੈਸ਼ਨ ਦੇ ਵਿੱਚ ਸ਼ਿਕਾਰ ਆ, ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜੀ। ਨਹੀਂ, ਹੋਸਪਿਟਲਾਂ ਦੇ ਨਾਲ ਸਾਡਾ ਕੋਈ ਟਾਈ ਅਪ ਨਹੀਂ ਜੀ, ਹੋਸਪਿਟਲ ਜਿਹੜਾ ਵੀ ਸਾਨੂੰ ਜਿੱਥੇ ਵੀ ਪੇਸ਼ੈਂਟ ਦੀ ਲੋੜ ਹੁੰਦੀ ਆ ਉਸ ਹੋਸਪਿਟਲ ਦੇ ਵਿੱਚ ਜਾ ਕੇ ਟ੍ਰੀਟਮੈਂਟ ਕਰਾਉਂਦੇ ਹਾਂ, ਪਰ ਜ਼ਿਆਦਾਤਰ ਪੇਸ਼ੈਂਟ ਸਾਡੇ ਜਿਵੇਂ DMC CMC ਦੀਪਕ ਹੋਸਪਿਟਲ ਆ ਸਰਾਭਾਨਗਰ ਦੇ ਵਿੱਚ, ਉੱਥੇ ਜਾਂਦੇ ਨੇ। ਹਾਂਜੀ ਬਿਲਕੁਲ ਜੀ, ਸਾਰਾ ਖਰਚਾ ਸਾਡੇ ਜਿਹੜੀ NGO ਆ ਜਾਂ NGO ਦੇ ਜਿਹੜੇ ਮੈਂਬਰ ਆ, ਜਿਹੜੇ ਸਾਡੇ ਨਾਲ ਟੀਮ ਦੇ ਮੈਂਬਰ ਜੁੜੇ ਹੋਏ ਆ, ਉਹ ਚੱਕਦੇ ਆ ਜੀ। ਜਦ ਵੀ ਕਿਤੇ ਸਾਨੂੰ ਲੋੜ ਪੈਂਦੀ ਆ ਜਾਂ ਮੰਨ ਲਓ ਕਿਸੇ ਦੇ ਖਰਚਾ ਜ਼ਿਆਦਾ ਆਉਂਦਾ, ਤਾਂ ਅਸੀਂ ਆਪਸ ਵਿੱਚ ਹੋਰ ਕੌਂਟਰੀ ਕਰਦੇ ਹਾਂ, ਹੋਰ ਵੀਰਾਂ ਨੂੰ ਅਪਰੋਚ ਕਰਦੇ ਹਾਂ, ਉਹ ਵੀਰਾਂ ਦੀ ਹੈਲਪ ਦੇ ਨਾਲ ਅਸੀਂ ਸੇਵਾ ਕਰਦੇ ਹਾਂ। ਮਨੁੱਖਤਾ ਦੀ ਸੇਵਾ ਸੋਸਾਇਟੀ ਨੂੰ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਮਦਦ ਦਿੱਤੀ ਜਾਂਦੀ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਅਜਿਹੀਆਂ ਸੰਸਥਾਵਾਂ ਦੀ ਕੋਈ ਲੋੜ ਹੀ ਨਾ ਪਵੇ। ਬਿਲਕੁਲ ਜੀ, ਇਹ ਸਰਕਾਰਾਂ ਦਾ ਤਾਂ ਇਹ ਹੱਕ ਬਣਦਾ ਜੀ, ਵੈਲਫੇਅਰ ਦੇਣ ਦਾ ਕੰਮ ਹੀ ਸਰਕਾਰ ਦਾ ਵਾ ਵੈਸੇ ਤਾਂ, ਅਤੇ ਸਰਕਾਰਾਂ ਸਾਨੂੰ ਐਪਰੀਸ਼ੀਏਟ ਨਾ ਵੀ ਕਰਨ ਕੋਈ ਪ੍ਰੋਬਲਮ ਨਹੀਂ, ਸਰਕਾਰਾਂ ਆਪਦੇ ਲੈਵਲ 'ਤੇ ਵੀ ਇੱਦਾਂ ਦੇ ਕੰਮ ਕਾਰਜ ਸ਼ੁਰੂ ਕਰਨੇ ਚਾਹੀਦੇ ਆ ਉਹਨਾਂ ਨੂੰ। ਜਿਹੜੇ ਨਾਈਟ ਸ਼ੈਲਟਰ ਚੱਲਦੇ ਆ ਸਿਆਲਾਂ ਦੇ ਵਿੱਚ, ਉਹਨਾਂ ਨੂੰ ਫੁੱਲ ਟਾਈਮ ਚੱਲਣਾ ਚਾਹੀਦਾ ਜੀ। ਸਿਵਲ ਹਸਪਤਾਲਾਂ ਦੇ ਵਿੱਚ ਇਲਾਜ ਫਰੀ ਹੋਣਾ ਚਾਹੀਦਾ, ਜਿਹੜਾ ਕਿ ਉੱਥੇ ਮਿਲ ਹੀ ਨਹੀਂ ਰਿਹਾ ਇਲਾਜ। ਇਹ ਤਾਂ ਸਰਕਾਰਾਂ ਨੂੰ ਵੀ ਜ਼ਿੰਮੇਵਾਰੀ ਵੀ ਸਰਕਾਰਾਂ ਦੀ ਆ, ਸਾਡੇ ਵਰਗੀਆਂ ਸੰਸਥਾਵਾਂ ਦੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ ਸਮਾਜ ਦੇ ਵਿੱਚ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ TV ਦੇ ਨਾਲ।